ਹੈ ਕੀ ਚੀਜ਼? ਬਹੁਤ ਜਣੇ ਨੂੰ ਗਲੇ ਦਾ ਕੈਂਸਰ ਮੰਨ ਰਹੇ ਨੇ, ਸਰਵਾਈਕਲ ਉਹਨਾਂ ਨੇ ਸੋਚ ਕੇ ਗਲਾ ਮੰਨ ਰਹੇ ਨੇ, ਬਿਲਕੁਲ ਵੀ ਨਹੀਂ ਜੀ, ਇਹ ਹੈ ਬੱਚੇਦਾਨੀ ਦੇ ਮੂੰਹ ਦਾ ਕੈਂਸਰ। ਯਾਨੀ ਕਿ ਸਿਰਫ ਔਰਤਾਂ ਨੂੰ ਹੀ ਹੁੰਦਾ? ਨਹੀਂ, ਦਰਅਸਲ ਹੁੰਦਾ ਕਿਉਂ, ਮਰਦਾਂ ਵਿੱਚ ਕਿਹੜੀ ਥਾਂ ਦਾ ਹੋਏਗਾ ਉਹ ਵੀ ਦੱਸਾਂਗੀ। ਕਿਤੇ ਨਾ ਕਿਤੇ ਸਰੀਰਕ ਸੰਬੰਧ ਬਣਾਉਣ ਨਾਲ ਹੀ ਇਹ ਔਰਤ ਦੇ ਅੰਦਰ ਟ੍ਰਾਂਸਫਰ ਹੁੰਦਾ ਜੇ, ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ, ਦੋਨਾਂ ਨੂੰ ਇਹ ਟੀਕੇ ਲੱਗਣੇ ਜ਼ਰੂਰੀ ਨੇ। 70 ਸਾਲ ਦੀਆਂ ਔਰਤਾਂ, 30-70 ਦੀਆਂ ਜਿੰਨੇ ਵੀ ਕੈਂਸਰ ਨਾਲ ਮੌਤਾਂ ਹੋ ਰਹੀਆਂ ਨੇ, ਉਹਨਾਂ ਚੋਂ 17% ਇਸੇ ਕੈਂਸਰ ਨਾਲ ਹੁੰਦੀਆਂ ਨੇ। 9 ਸਾਲ ਦੀ ਉਮਰ ਤੋਂ ਲੈ ਕੇ 45 ਸਾਲ ਤੱਕ ਦੀ ਹਰ ਔਰਤ ਨੂੰ ਇਹ ਟੀਕਾ ਲੱਗਣਾ ਲਾਜ਼ਮੀ ਹੈ, ਤੇ 11-12 ਸਾਲ ਦੀ ਉਮਰ ਦੇ ਵਿੱਚ ਵਿੱਚ ਹਰ ਮੁੰਡੇ ਤੇ ਕੁੜੀ ਨੂੰ ਵੀ ਇਹ ਲੱਗ ਜਾਣਾ ਚਾਹੀਦਾ। ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ, ਸਾਡੇ ਬਹੁਤ ਹੀ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਨਾਲ, ਤੇ ਸਾਡੇ ਬਹੁਤ ਹੀ ਪਿਆਰੇ ਤੇ ਖਾਸ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਜੁੜਨਗੇ, ਜੋ ਕਿ ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ। ਤੇ ਤੁਹਾਨੂੰ ਇੱਕ ਜ਼ਰੂਰੀ ਜਾਣਕਾਰੀ ਇਹ ਵੀ ਦੇ ਦਈਏ ਕਿ ਡਾਕਟਰ ਹਰਸ਼ਿੰਦਰ ਕੌਰ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਹੁੰਦੇ ਨੇ, ਪਰ ਇੰਨੀ ਦਿਨੀ ਕੁਛ ਨਿੱਜੀ ਰੁਝੇਵਿਆਂ ਦੇ ਕਰਕੇ ਉਹ ਹਸਪਤਾਲ ਦੇ ਵਿੱਚ ਸ਼ਾਇਦ ਤੁਹਾਨੂੰ ਨਾ ਮਿਲਣ। ਸੋ ਉਹਨਾਂ ਨੂੰ ਜੇ ਤੁਸੀਂ ਮਿਲਣ ਜਾਣਾ ਹੈ ਕਿਸੇ ਵੀ ਕੰਮ ਦੇ ਲਈ ਜਾਂ ਫਿਰ ਕੋਈ ਡਾਕਟਰੀ ਇਲਾਜ ਦੇ ਲਈ, ਬੱਚਿਆਂ ਦੇ ਇਲਾਜ ਦੇ ਲਈ, ਤਾਂ ਤੁਸੀਂ ਜ਼ਰੂਰ ਹਸਪਤਾਲ ਤੋਂ ਪਹਿਲਾਂ ਪੁੱਛ ਕੇ ਜਾਇਓ। ਸੋ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਆਪਾਂ ਉਸ ਮੁੱਦੇ ਦੀ ਗੱਲ ਕਰਾਂਗੇ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਪਿਛਲੇ 3-4 ਦਿਨਾਂ ਦੇ ਵਿੱਚ ਹੀ ਪਤਾ ਲੱਗਿਆ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਸ਼ਬਦ ਬੋਲਿਆ ਸੀ ਸਰਵਾਈਕਲ ਕੈਂਸਰ, ਉਸ ਦੇ ਲਈ ਸਰਕਾਰ ਦੇ ਵੱਲੋਂ ਬੱਚੀਆਂ ਨੂੰ ਟੀਕੇ ਲਗਾਏ ਜਾਣਗੇ। ਇਹ ਸਹੂਲਤ ਹੈ ਜਿਹੜੀ ਉਹ ਖਾਸ ਤੌਰ 'ਤੇ ਬੱਚਿਆਂ ਨੂੰ ਹੀ ਕਿਉਂ ਦਿੱਤੀ ਜਾ ਰਹੀ ਹੈ? ਕਿ ਸਰਵਾਈਕਲ ਕੈਂਸਰ ਸਿਰਫ ਔਰਤਾਂ ਨੂੰ ਹੀ ਹੁੰਦਾ ਹੈ? ਦੂਸਰਾ, 2 ਦਿਨ ਪਹਿਲਾਂ ਇੱਕ ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ ਨੇ ਆਪਣੀ ਮੌਤ ਦਾ ਡਰਾਮਾ ਰਚਿਆ ਸੀ, ਜਿਹਦਾ ਕੱਲ੍ਹ ਪਤਾ ਲੱਗਿਆ। ਪਰਸੋਂ ਸਾਰੇ ਇਸ ਗੱਲ 'ਤੇ ਅਫਸੋਸ ਜ਼ਾਹਿਰ ਕਰ ਰਹੇ ਸੀ ਕਿ ਪੂਨਮ ਪਾਂਡੇ ਦੀ ਸਰਵਾਈਕਲ ਕੈਂਸਰ ਦੇ ਨਾਲ ਜਾਨ ਚਲੀ ਗਈ ਹੈ। ਪਰ ਕੱਲ੍ਹ ਉਹਨੇ ਖੁਦ ਲਾਈਵ ਆ ਕੇ ਕਿਹਾ ਕਿ ਉਹ ਸਰਵਾਈਕਲ ਕੈਂਸਰ ਦੀ ਜਿਹੜੀ ਜਾਗਰੂਕਤਾ ਦੇ ਲਈ ਉਸਨੇ ਇਹ ਕਦਮ ਚੁੱਕਿਆ ਸੀ। ਸੋ ਉਹਦੇ ਇਸ ਕਦਮ ਦੀ ਬਹੁਤ ਸਾਰੇ ਲੋਕ ਆਲੋਚਨਾ ਵੀ ਕਰ ਰਹੇ ਨੇ ਅਤੇ ਕੁਛ ਸਾਥ ਵੀ ਦੇ ਰਹੇ ਨੇ। ਸੋ ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਜੁੜ ਚੁੱਕੇ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਖਾਲਸ ਖਾਣਾ ਪ੍ਰੋਗਰਾਮ ਦੇ ਵਿੱਚ। ਕੀ ਹਾਲ ਹੈ ਤੁਹਾਡਾ ਜੀ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹਰਸ਼ਰਨ ਜੀ, ਜਿਉਂਦੇ ਰਹੋ, ਹੱਸਦੇ ਵੱਸਦੇ ਰਹੋ। ਤੁਸੀਂ ਮੁੱਦੇ ਦਰਅਸਲ ਉਹ ਲੈ ਕੇ ਆਉਂਦੇ ਹੋ ਜਿਹੜੇ ਨਾ ਸਿਰਫ ਸਭ ਲਈ ਜਾਗਰੂਕਤਾ ਫੈਲਾਉਣ ਬਲਕਿ ਉਹਨਾਂ ਦੀ ਜ਼ਿੰਦਗੀ ਲੰਬੀ ਕਰਨ। ਮੇਰਾ ਖਿਆਲ ਇਸ ਤੋਂ ਵੱਡੀ ਸੇਵਾ ਹੋ ਨਹੀਂ ਸਕਦੀ, ਇਸੇ ਲਈ ਅੱਜ ਅਸੀਂ ਇਸ ਦਿੱਤੀ ਹੈ ਕਿ ਜਿਉਂਦੇ ਰਹੋ। ਜੀ ਡਾਕਟਰ ਸਾਹਿਬ, ਬਹੁਤ ਧੰਨਵਾਦ। ਮੁੱਦਾ ਤੁਸੀਂ ਚੁੱਕਿਆ ਜੇ, ਥੋੜਾ ਜਿਹਾ ਆਪਾਂ ਜੇ ਦੱਸ ਦਈਏ ਕਿਉਂ ਇਹ ਖਾਲਸ ਖਾਣਾ ਚ ਲਿਆ, ਕਿਉਂਕਿ ਇਹਦੇ ਵਿੱਚ ਵੀ ਹੈਰਾਨ ਹੋਵੋਗੇ ਕਿ ਖੁਰਾਕ ਵੀ ਕੁਝ ਨਾ ਕੁਝ ਰੋਲ ਅਦਾ ਕਰ ਜਾਂਦੀ ਹੈ। ਆਪਾਂ ਉਹ ਵੀ ਬਾਅਦ ਵਿੱਚ ਜ਼ਿਕਰ ਕਰਾਂਗੇ, ਪਰ ਮੁੱਦਾ ਅਹਿਮ ਇਸ ਕਰਕੇ ਹੈ ਕਿ ਇਹਦੇ ਵਿੱਚ ਸੰਨ 2020 ਵਿੱਚ, ਜੋ ਆਪਾਂ ਵਿਸ਼ਵ ਪੱਧਰੀ ਪਹਿਲਾਂ ਗੱਲ ਕਰਦੇ ਹਾਂ ਕਿ ਦੁਨੀਆਂ ਭਰ ਦਾ 4th ਸਭ ਤੋਂ ਆਮ ਕੈਂਸਰ ਜਿਹਨੂੰ ਮੰਨਿਆ ਗਿਆ ਸੀ ਸਰਵਾਈਕਲ ਕੈਂਸਰ ਨੂੰ, ਜਿਸ ਵਿੱਚ 2020 ਵਿੱਚ 6 ਲੱਖ ਨਵੇਂ ਕੇਸ ਦੁਨੀਆਂ ਭਰ ਚ ਦਿਸੇ, ਜਿੱਥੇ 3.5 ਲੱਖ ਤੋਂ ਵੱਧ ਮੌਤਾਂ ਵੀ ਇਸੇ ਕਾਰਨ ਹੋਈਆਂ। ਇਹ ਹੈ ਕੀ ਚੀਜ਼? ਬਹੁਤ ਜਣੇ ਨੂੰ ਗਲੇ ਦਾ ਕੈਂਸਰ ਮੰਨ ਰਹੇ ਨੇ, ਸਰਵਾਈਕਲ ਉਹਨਾਂ ਨੇ ਸੋਚ ਕੇ ਗਲਾ ਮੰਨ ਰਹੇ ਨੇ, ਬਿਲਕੁਲ ਇਹੀ ਲੱਗਦਾ ਵੀ ਗਰਦਨ ਦਾ ਕੋਈ ਕੈਂਸਰ ਹੋਏਗਾ।
ਬਿਲਕੁਲ ਬਿਲਕੁਲ ਵੀ ਨਹੀਂ ਜੀ, ਇਹ ਹੈ ਬੱਚੇਦਾਨੀ ਦੇ ਮੂੰਹ ਦਾ ਕੈਂਸਰ, ਔਰਤਾਂ ਦੀ ਬੱਚੇਦਾਨੀ ਦੇ ਮੂੰਹ ਦਾ ਕੈਂਸਰ, ਜਿੱਥੇ ਬੱਚਾ ਠਹਿਰਨਾ ਯਾਨੀ ਉਹਦੇ ਕਿ ਇਹ ਬਾਹਰ ਸਿਰਫ ਬਾਹਰ ਆ। ਔਰਤਾਂ ਨੂੰ ਹੀ ਹੁੰਦਾ ਹੈ? ਨਹੀਂ ਦਰਅਸਲ ਹੁੰਦਾ ਕਿ ਉਹ ਮਰਦਾਂ ਵਿੱਚ ਕਿਹੜੀ ਥਾਂ ਦਾ ਹੋਏਗਾ ਉਹ ਵੀ ਦੱਸਾਂਗੀ, ਜੀ ਕਿਉਂਕਿ ਔਰਤਾਂ ਤੱਕ ਇਹ ਸੀਮਤ ਨਹੀਂ ਰਹਿੰਦਾ। ਜਿਸ ਕਾਰਨ ਦੇਖਿਆ ਗਿਆ ਕਿ ਕਾਫੀ ਔਰਤਾਂ ਵਿੱਚ, ਕਿਉਂਕਿ ਜਮਾਂਦਰੂ ਇਹ ਅੰਦਰ ਹੁੰਦਾ ਨਹੀਂ, ਜੀ ਇਹਦਾ ਮਤਲਬ ਇਹ ਕਿਤੇ ਨਾ ਕਿਤੇ ਸਰੀਰਕ ਸੰਬੰਧ ਬਣਾਉਣ ਨਾਲ ਹੀ ਇਹ ਔਰਤ ਦੇ ਅੰਦਰ ਟ੍ਰਾਂਸਫਰ ਹੁੰਦਾ ਜੇ। ਇਸੇ ਲਈ ਵਿਸ਼ਵ ਭਰ ਵਿੱਚ ਇਹ ਵੀ ਹੁਣ ਦੱਸਿਆ ਜਾਣ ਲੱਗ ਗਿਆ ਕਿ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ, ਜੀ ਦੋਨਾਂ ਨੂੰ ਇਹ ਟੀਕੇ ਲੱਗਣੇ ਜ਼ਰੂਰੀ ਨੇ। ਖਾਸ ਤੌਰ ਤੇ 11 ਤੋਂ 12 ਸਾਲ ਤੱਕ ਦੇ ਹਰ ਬੱਚੇ, ਮੁੰਡਾ ਜਾਂ ਕੁੜੀ ਨੂੰ ਲੱਗ ਜਾਣਾ ਚਾਹੀਦਾ। ਜੀ ਕਿਉਂ? ਕਾਰਨ ਦੱਸਦੀ ਹਾਂ। ਇਹ ਟੀਕਾ ਜਿਸ ਦੀ ਮੈਂ ਗੱਲ ਕਰ ਰਹੀ ਹਾਂ, ਇਹ ਸਿਰਫ ਸਰਵਾਈਕਲ ਕੈਂਸਰ ਹੀ ਨਹੀਂ ਰੋਕਦਾ, ਬਲਕਿ ਜਿਹੜਾ ਇੱਕ ਵਾਰਟਸ ਹੁੰਦੇ ਨੇ ਜੋ ਤੁਹਾਡੇ ਪ੍ਰਾਈਵੇਟ ਪਾਰਟਸ ਦੇ ਆਸ-ਪਾਸ ਬਣ ਜਾਂਦੇ ਨੇ, ਉਹਨਾਂ ਨੂੰ ਬਣਨ ਤੋਂ ਰੋਕਦੀ ਜੇ, ਜੋ ਅੱਗੋਂ ਕਈ ਵਾਰ ਕੈਂਸਰ ਵਿੱਚ ਤਬਦੀਲ ਹੋ ਸਕਦੇ ਹੁੰਦੇ ਨੇ, ਫਿਰ ਨਾ ਸਿਰਫ ਵਜਾਈਨਾ ਦਾ, ਵਲਵਾ ਦਾ, ਬਲਕਿ ਮਰਦਾਨਾ ਅੰਗ ਦਾ, ਪੈਨਸ ਦਾ ਵੀ ਕੈਂਸਰ ਇਹੀ ਜਿਹੜੇ ਵਾਇਰਸ ਹੈ ਕਰ ਦਿੰਦੀ ਹੈ। ਤੇ ਜੀ ਇਸ ਤੋਂ ਇਲਾਵਾ ਮਰਦਾਂ ਵਿੱਚ ਗਲੇ ਦਾ, ਯਾਨੀ ਅੰਦਰ ਤੁਹਾਡੇ ਥਰੋਟ ਦਾ ਕੈਂਸਰ, ਤੇ ਪਲੱਸ ਇਹ ਏਨਸ ਦਾ, ਟੱਟੀ ਵਾਲੀ ਰਾਹ ਦਾ ਵੀ ਕੈਂਸਰ ਇਹ ਕਰ ਸਕਦਾ ਜੇ। ਸੋ ਇਹ ਮੈਜੋਰਿਟੀ ਮੈਂ ਦੱਸ ਰਹੀ ਹਾਂ, ਕਾਰਨ ਜੋ ਲੱਭਿਆ ਗਿਆ ਸਰੀਰਕ ਸੰਬੰਧ ਸਿਰਫ। ਤੋ ਜੀ ਜੀ ਉੱਥੋਂ ਸਮਝ ਲੈਣਾ ਚਾਹੀਦਾ ਹੈ ਕਿ ਜੇ ਸਾਨੂੰ ਵਿਸ਼ਵ ਪੱਧਰ ਤੇ 11 ਤੋਂ 12 ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਾਰਨ ਦੱਸਿਆ ਕਿ ਬਹੁ ਗਿਣਤੀ, ਭਾਵੇਂ ਉਹ ਮਾਪਿਆਂ ਨੂੰ ਦੇ ਮਤਲਬ ਮਾਪੇ ਉਸ ਤੋਂ ਜਾਣੂ ਹੋਣ ਜਾਂ ਮਾਪਿਆਂ ਨੂੰ ਪਤਾ ਵੀ ਨਾ ਹੋਵੇ, ਪਰ ਵੇਖਣ ਵਿੱਚ ਆ ਚੁੱਕਿਆ ਕਿ ਇਸ ਉਮਰ ਵਿੱਚ ਨੇੜੇ ਤੇੜੇ ਜਾਂਦਿਆਂ, ਭਾਵੇਂ ਜਬਰੀ, ਮੈਂ ਇਹ ਕਲੀਅਰ ਕਰਦਿਆਂ, ਭਾਵੇਂ ਜਬਰੀ ਤੇ ਜਾਂ ਭਾਵੇਂ ਆਪਣੀ ਸਹਿਮਤੀ ਨਾਲ ਜਾਂ ਭਰਮਾਏ ਜਾਣ ਉੱਤੇ, ਬੇਟੀਆਂ ਦਾ ਇਸ ਤਰੀਕੇ ਦਾ ਸਰੀਰਕ ਸ਼ੋਸ਼ਣ ਵੀ ਜਾਂ ਆਪਣੀ ਮਰਜ਼ੀ ਨਾਲ ਵੀ ਇਹ ਸੰਬੰਧ ਬਣਾਏ ਵੇਖੇ ਗਏ ਨੇ, ਜਿਨ੍ਹਾਂ 'ਚ ਮੈਂ ਸਪਸ਼ਟ ਕੀਤਾ ਭਾਵੇਂ ਜਬਰੀ ਭਾਵੇਂ ਪਰਮਾਏ ਜਾਣ ਉੱਤੇ ਜਾਂ ਆਪਣੀ ਮਰਜ਼ੀ ਨਾਲ ਇਹ ਦੇਖਿਆ ਜਾ ਚੁੱਕਿਆ। ਇਸੇ ਲਈ ਸਪਸ਼ਟ ਕਰ ਦਿੱਤਾ ਗਿਆ ਕਿ ਭਾਈ 12 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਕਰ ਦਿਓ, ਕਿਉਂਕਿ ਉਹਨਾਂ ਨੇ ਇਹ ਲੱਭਿਆ ਕਿ 12 ਤੋਂ 18 ਵਿੱਚ ਭਾਰੀ ਗਿਣਤੀ ਬੇਟੀਆਂ ਤੇ ਬੇਟੇ ਇਹ ਸੰਬੰਧ ਬਣਾ ਲੈਂਦੇ ਨੇ। ਇਸੇ ਕਾਰਨ ਉਸ ਉਮਰ ਵਿੱਚ ਇਹ ਵਾਇਰਸ ਉਹਨਾਂ ਦੇ ਜਦੋਂ ਟੈਸਟ ਕੀਤਾ ਜਾਂਦਾ ਤਾਂ ਲੱਭੀ ਜਾ ਚੁੱਕੀ ਹੈ। ਹੁਣ ਜੀ ਇਸ ਵੇਲੇ ਅੱਜ ਦੇ ਦਿਨ 30 ਤੋਂ 70 ਸਾਲ ਦੀਆਂ ਔਰਤਾਂ, 30 ਤੋਂ 70 ਦੀਆਂ ਜਿੰਨੇ ਵੀ ਕੈਂਸਰ ਨਾਲ ਮੌਤਾਂ ਹੋ ਰਹੀਆਂ ਨੇ, ਉਹਨਾਂ ਚੋਂ 17% ਇਸੇ ਕੈਂਸਰ ਨਾਲ ਹੁੰਦੀਆਂ ਨੇ, ਜੀ ਯਾਨੀ ਲੀਡਿੰਗ ਕਾਜ਼ ਆਫ ਮੋਰਟੈਲਿਟੀ ਇਹਨੂੰ ਗਿਣਿਆ ਜਾਣ ਲੱਗ ਗਿਆ। ਤੇ ਜਿੰਨੇ ਵੀ ਕੈਂਸਰ, ਯਾਨੀ ਔਰਤਾਂ ਵਿੱਚ ਸਾਰੇ ਕਿਸਮਾਂ ਦੇ ਜੇ ਕੈਂਸਰ ਗਿਣ ਲਓ ਤਾਂ 6 ਤੋਂ 29% ਦੇ ਵਿੱਚ ਇਹੀ ਕੈਂਸਰ ਲੱਭਿਆ ਜਾ ਰਿਹਾ। ਅੱਛਾ ਇਹਨਾਂ ਵਿੱਚ ਜੋ ਅੱਜ ਦੇ ਦਿਨ ਇਹ ਜਿਸ ਕਾਰਨ ਇਹ ਰੌਲਾ ਪਿਆ, ਸਨ 2023 ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਸਨ 2024 ਤੋਂ ਬਾਅਦ ਹਰ 53 ਔਰਤਾਂ ਵਿੱਚੋਂ ਇੱਕ ਔਰਤ ਭਾਰਤ ਦੇ ਵਿੱਚ ਇਸ ਕੈਂਸਰ ਨੂੰ ਦੇ ਨਾਲ ਪੀੜਤ ਵੀ ਹੋਏਗੀ ਤੇ ਅੱਗੋਂ ਮਰਨ ਵਾਲੀ ਹੈ, ਜੋ ਕਿ ਦੁਨੀਆ ਭਰ ਨਾਲੋਂ ਦੁੱਗਣੀ ਜੇ ਗਿਣਤੀ, ਯਾਨੀ ਦੁਨੀਆ 'ਚ ਹਰ 100 ਵਿੱਚੋਂ ਜੀ ਭਾਰਤ 'ਚ ਹਰ 53 ਵਿੱਚੋਂ ਇੱਕ ਔਰਤ। ਇਹਦਾ ਇੱਥੇ ਸਭ ਮਤਲਬ ਤੋਂ ਵੱਧ ਖਤਰਾ ਹੈ। ਜੀ, ਹੁਣ ਕਾਰਨ ਕੀ ਦੱਸੇ ਨੇ ਕਿ ਇੱਥੇ ਪਹਿਲੀ ਚੀਜ਼ ਸਾਫ ਸਫਾਈ ਨਾ ਹੋਣੀ, ਸਾਡੇ ਜਿਸ ਤਰੀਕੇ ਦੇ ਮਾਹੌਲ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਤਰੀਕੇ ਦੀ ਗੰਦਗੀ, ਜਿੱਥੇ
ਅਸੀਂ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਵੱਡੀ ਗਿਣਤੀ ਸਾਡੇ ਜੋ ਇਸ ਵੇਲੇ ਉਹਨਾਂ ਇਲਾਕਿਆਂ 'ਚ ਨੇ ਜਿੱਥੇ ਸਾਫ ਪਾਣੀ ਤੱਕ ਵੀ ਨਹੀਂ ਮਿਲਦਾ, ਸੋ ਉੱਥੋਂ ਸ਼ੁਰੂ ਹੋਈ ਗੱਲ ਜਿੱਥੇ ਅਸੀਂ ਇਸ ਸਰੀਰਕ ਸੰਬੰਧਾਂ ਨੂੰ ਇੱਕ ਕੈਜੂਅਲ ਕੰਟੈਕਟ ਬਣਾ ਕੇ ਰੱਖ ਦਿੱਤਾ, ਜਿੱਥੇ ਕੌਂਡੋਮ ਵਰਗੀਆਂ ਚੀਜ਼ਾਂ ਨੂੰ ਅਸੀਂ ਬਿਲਕੁਲ ਨਾਮ ਲੈਣਾ ਵੀ ਗੁਨਾਹ ਮੰਨਦੇ ਹਾਂ, ਤਾਂ ਕਾਰਨ ਇਹੋ ਬਣਦਾ ਜਾਂਦਾ ਜੇ ਕਿ ਅਸੀਂ ਕੁਝ ਆਪਣੀ ਸੋਚ ਅਨੁਸਾਰ ਇਸ ਬਿਮਾਰੀ ਨੂੰ ਵਧਾ ਰਹੇ ਹਾਂ, ਜਿੱਥੇ ਗੱਲ ਨਾ ਕਰਨੀ, ਔਰਤ ਨੂੰ ਆਪਣੇ ਕਿਸੇ ਵੀ ਹੱਕ ਪ੍ਰਤੀ, ਆਪਣੇ ਸਰੀਰ ਦੀ ਸਾਫ ਸਫਾਈ ਪ੍ਰਤੀ ਜਾਣਕਾਰੀ ਨਾ ਹੋਣੀ, ਜੀ ਇਹ ਸਾਰੀਆਂ ਗੱਲਾਂ ਅਹਿਮ ਨੇ, ਜਿਸ ਲਈ ਇਸ ਵੇਲੇ ਮੈਂ ਭਾਵੇਂ ਆਪੋ ਆਪਣੀ ਸੋਚ ਜੇ ਕਿ ਜੋ ਵੀ ਉਸ ਤੁਸੀਂ ਅਦਾਕਾਰਾਂ ਨੂੰ ਕਹਿਣਾ ਜੇ, ਪਰ ਇੱਕ ਲੋਕਾਂ ਦੇ ਵਿੱਚ ਇਸ ਪ੍ਰਤੀ ਇੱਕ ਆਵਾਜ਼ ਉੱਠਣੀ ਸ਼ੁਰੂ ਹੋਣੀ ਦਾ ਮਤਲਬ ਹੈ ਕਿ ਸ਼ੁਕਰ ਹੈ ਕਿਸੇ ਨੇ ਤਾਂ ਪਹਿਲ ਕੀਤੀ ਵੀ ਭਾਈ ਇਸ ਵਾਲੇ ਪਾਸੇ ਧਿਆਨ ਕਰੋ, ਇਹ ਚੀਜ਼ ਅਜਿਹੀ ਹੈ ਜਿਹੜੀ ਸਾਨੂੰ ਜਿੱਥੇ ਹਰ ਮਰਦ ਨੂੰ ਉਹਦੀ ਮਾਂ, ਉਹਦੀ ਭੈਣ, ਉਹਦੀ ਧੀ, ਉਹਦੀ ਪਤਨੀ ਇਸ ਨਾਲ ਪੀੜਤ ਹੋ ਸਕਦੀ ਹੈ, ਤੇ ਉਹ ਆਪ ਵੀ ਇਸ ਰੋਗ ਨਾਲ ਪੀੜਤ ਹੋ ਸਕਦਾ ਜੇ, ਜਿੱਥੇ ਔਰਤ ਤਾਂ ਫਿਰ ਸ਼ਾਇਦ 5 ਸਾਲ ਕੱਢ ਲਵੇ, ਮਰਦ ਦੇ ਉਹ ਵੀ ਨਹੀਂ ਲੰਘਦੇ, ਯਾਨੀ ਇੱਕ ਕੈਰੀ ਕੈਂਸਰ ਬਣ ਕੇ ਉੱਭਰਦਾ ਜੇ। ਜੀ ਹੁਣ ਜੀ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਹਰ 30 ਸਾਲ ਤੋਂ ਬਾਅਦ ਦੀ ਉਮਰ ਵਿੱਚ ਜੋ ਇਸ ਵੇਲੇ ਸਰਵੇਖਣ ਦੱਸਦਾ ਜੇ ਕਿ 10% ਤੋਂ ਵੱਧ ਪਾਪੂਲੇਸ਼ਨ ਵਿੱਚ ਇਹ ਵਾਇਰਸ ਅੱਜ ਵੀ ਪਿਆ ਜੇ, ਜੀ ਜਿੱਥੇ ਗੱਲ ਕਰਦੇ ਹਾਂ ਅਸੀਂ ਇਮਿਊਨਿਟੀ ਦੀ ਉਹਦੀ ਜੀ ਜਾਂ ਖੁਰਾਕ ਦੀ, ਕਿ ਕਿਵੇਂ ਆਪਣੀ ਬਾਡੀ ਸਟਰੋਂਗ ਕਰਨੀ ਹੈ ਜਿਹਦੇ ਨਾਲ ਜ਼ਿਆਦਾ ਸਮੇਂ ਤੱਕ ਇਸ ਬਿਮਾਰੀ ਨੂੰ ਹੋਣ ਤੋਂ ਤਾਂ ਰੋਕਿਆ ਜਾ ਸਕੇਗਾ, ਜੀ ਪਰ ਜੇ ਉਹ ਅੰਦਰ ਵੜ ਚੁੱਕੀ ਹੈ ਤੇ ਉਹਦਾ ਨਹੀਂ ਤੁਸੀਂ ਡਾਕਟਰੀ ਮੁਆਇਨਾ ਕਰਾਇਆ, ਤਾਂ ਫਿਰ ਉਹ ਹਰ ਹਾਲ ਕੈਂਸਰ ਵਿੱਚ ਤਬਦੀਲ ਹੋਣਾ ਹੀ ਹੋਣਾ। ਕੁਝ ਜੀ ਲੱਛਣ ਜੇ ਕਹੋ ਤਾਂ ਮੈਂ ਜ਼ਰੂਰ ਦੱਸ ਦਿਆਂ। ਜੀ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਤੇ ਇੱਕ ਇਹ ਵੀ ਮੈਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਇਲਾਜ ਇਹਦਾ ਜਿਹੜਾ ਕਿੰਨਾ ਕੁ ਸੰਭਵ ਹੈਗਾ, ਲੱਛਣ ਕੀ ਨੇ ਤੇ ਇਲਾਜ। ਮੈਂ ਪਹਿਲਾਂ ਤਾਂ ਲੱਛਣਾਂ ਬਾਰੇ ਜ਼ਰੂਰ ਦੱਸ ਦਿਆਂ ਜੀ ਕਿ ਜੇ ਤੁਸੀਂ ਸਰੀਰਕ ਸੰਬੰਧਾਂ ਦੌਰਾਨ ਜੇ ਲਹੂ ਪੈਣਾ ਸ਼ੁਰੂ ਹੋ ਜਾਵੇ ਜਾਂ ਪੀਰੀਅਡਸ ਦੇ ਤੁਸੀਂ ਇਨ ਬਿਟਵੀਨ ਤੁਹਾਡੇ ਬਲੀਡਿੰਗ ਸ਼ੁਰੂ ਹੋ ਜਾਵੇ ਜਾਂ ਤੁਹਾਡਾ ਰੁਕ ਚੁੱਕੀ ਜਦੋਂ ਮਾਹਵਾਰੀ, ਉਸ ਤੋਂ ਬਾਅਦ ਦੁਬਾਰਾ ਲਹੂ ਪੈਣਾ ਸ਼ੁਰੂ ਹੋ ਜਾਵੇ, ਜੀ ਫਿਰ ਤੁਹਾਡੀ ਮਾਹਵਾਰੀ ਦੇ ਵਿੱਚ ਹੀ ਜਦ ਠੀਕ ਠਾਕ ਚੱਲ ਰਹੀ ਸੀ ਇੱਕਦਮ ਭਾਰੀ ਲਹੂ ਪੈਣਾ ਸ਼ੁਰੂ ਹੋ ਜਾਏ ਜੋ ਜ਼ਿਆਦਾ ਦੇਰ ਰਹਿਣ ਲੱਗ ਪਵੇ, ਜੀ ਇਸੇ ਤਰ੍ਹਾਂ ਤੁਹਾਡਾ ਬੱਚੇਦਾਨੀ ਦੇ ਰਾਹ ਚੋਂ ਬੜਾ ਮਾੜੀ ਬਦਬੂ ਵਾਲਾ ਪਾਣੀ ਪੈਣ ਲੱਗ ਜਾਵੇ, ਇਹ ਚੀਜ਼ਾਂ ਜਿਹੜੀਆਂ ਖਤਰਨਾਕ ਨੇ। ਉਹਦੇ ਨਾਲੋ ਨਾਲ ਜੇ ਸਰੀਰਕ ਸੰਬੰਧਾਂ ਦੌਰਾਨ ਬਹੁਤ ਦਰਦ ਮਹਿਸੂਸ ਹੁੰਦੀ ਹੋਵੇ ਜਾਂ ਤੁਹਾਡੇ ਹੇਠਲੇ ਹਿੱਸੇ ਵਿੱਚ, ਢਿੱਡ ਦੇ ਹੇਠਲੇ ਹਿੱਸੇ ਵਿੱਚ ਲਗਾਤਾਰ ਪੀੜ ਰਹਿਣੀ ਸ਼ੁਰੂ ਹੋ ਗਈ ਹੋਵੇ, ਜੀ ਤਾਂ ਇਹ ਚੀਜ਼ਾਂ ਤੁਹਾਨੂੰ ਇੱਕ ਵਾਰਨਿੰਗ ਸਾਈਨਸ ਵਜੋਂ ਮਿਲ ਜਾਂਦੀਆਂ ਨੇ ਕਿ ਇਹ ਚੀਜ਼ ਤੁਹਾਡੇ ਵਾਪਰਨ ਲੱਗੀ ਜੇ ਜਾਂ ਤੁਹਾਡੇ ਹੋ ਸਕਦੀ ਜੇ, ਇਮੀਡੀਏਟਲੀ ਚੈੱਕ ਕਰਵਾਓ। ਜੀ ਹੁਣ ਜਿਸ ਦੀ ਰੁਟੀਨ ਚੈਕਿੰਗ, ਜਿਸ ਕਾਰਨ ਇਹਦਾ ਰੌਲਾ ਪਾਇਆ ਕਿ ਪ੍ਰੀਵੈਂਟ ਕੀਤਾ ਜਾ ਸਕਦਾ ਹੈ, ਸੋ ਉਹਦੇ ਲਈ ਜ਼ਰੂਰੀ ਹੁੰਦਾ ਜੇ ਇੱਕ ਪੈਪ ਸਮੀਅਰ ਜੀ ਜਿਹਨੂੰ ਅਸੀਂ ਗੱਲ ਕਰਦੇ ਹਾਂ, ਜਿਸ ਵਿੱਚ ਜਸਟ ਇੱਕ ਤੁਸੀਂ ਬੱਚੇਦਾਨੀ ਦੇ ਮੂੰਹ ਤੋਂ ਰੱਤਾ ਜਾਂ ਸਵੈਬ ਲੈ ਕੇ ਉੱਥੋਂ ਸੈੱਲ ਚੈੱਕ ਸਲਾਈਡ ਦੇ ਉੱਤੇ ਹੀ ਬਣਾ ਕੇ ਅਸੀਂ ਟੈਸਟ ਕਰ ਸਕਦੇ ਹੁੰਦੇ ਹਾਂ ਕਿ ਵਾਇਰਸ ਹੈ ਜਾਂ ਨਹੀਂ ਹੈ, ਕੋਈ ਸੈੱਲਾਂ 'ਚ ਤਬਦੀਲੀ ਆਣੀ ਤਾਂ ਨਹੀਂ ਸ਼ੁਰੂ ਹੋਈ, ਜੀ ਜਿਸ ਲਈ ਇਹ ਸਪਸ਼ਟ ਕੀਤਾ ਗਿਆ
ਕਿ ਤੁਸੀਂ ਹੁਣ ਜੇ ਯਾਨੀ ਜੋ ਆਈਡੀਅਲ ਕਿਹਾ ਜਾਂਦਾ ਹੈ ਪੈਪ ਸਮੀਅਰ, ਕਿ ਤੁਸੀਂ 21 ਤੋਂ 29 ਸਾਲ ਦੇ ਜੇ ਹੋ ਤਾਂ ਹਰ ਸਾਲ ਤੁਹਾਡਾ ਪੈਪ ਸਮੀਅਰ ਦਾ ਟੈਸਟ ਲਾਜ਼ਮੀ ਜੇ, ਜੀ ਤੇ ਜੇ 30 ਸਾਲ ਤੋਂ ਉੱਪਰ ਉਮਰ ਹੋ ਗਈ ਤਾਂ ਫਿਰ ਹਰ 5 ਸਾਲਾਂ ਬਾਅਦ ਪੈਪ ਸਮੀਅਰ ਤੁਹਾਡਾ ਹੋਣਾ ਹੀ ਹੋਣਾ ਹੈ। ਥੋੜਾ ਜਿਹਾ ਹਰਸ਼ਰਨ ਜੀ ਧਿਆਨ ਦਿਓਗੇ 21 ਤੋਂ 29, ਯਾਨੀ ਸਮਝੋ ਕਿ ਕਿਉਂ ਮੈਕਸਿਮਮ ਇਸ ਥਾਂ ਤੇ, ਹੁਣ ਸ਼ਾਇਦ ਸੁਣਨ �वालਿਆਂ ਨੂੰ ਮਾੜਾ ਲੱਗੇ ਪਰ ਜੋ ਸੱਚਾਈ ਹੈ ਉਹ ਇਹੋ ਹੈ ਕਿ ਜੀ ਉਸ ਪੀਰੀਅਡ ਦੌਰਾਨ ਅਸੀਂ ਗਿਣਦੇ ਹਾਂ ਕਿ ਮੈਕਸਿਮਮ ਕਿਸੇ ਦੀ ਲਾਲਸਾ ਹੁੰਦੀ ਜੇ ਸਰੀਰਕ ਸੰਬੰਧਾਂ ਨੂੰ ਬਣਾਉਣ ਵੱਲ, ਜਿੱਥੇ ਜਿੰਨੀਆਂ ਔਰਤਾਂ ਐਕਸਪੋਜ਼ ਹੁੰਦੀਆਂ ਨੇ ਨੈਚੁਰਲੀ ਓਨੇ ਹੀ ਮਰਦ ਵੀ ਐਕਸਪੋਜ਼ ਹੁੰਦੇ ਨੇ। ਸੋ ਕਈ ਵਾਰ ਜੇ ਔਰਤ ਸੁਰੱਖਿਅਤ ਇਸ ਤਰ੍ਹਾਂ ਦੇ ਸੰਬੰਧ 1 ਨਾਲ ਵੀ ਬਣਾ ਰਹੀ ਹੈ ਤਾਂ ਹੋ ਸਕਦਾ ਮਰਦ 10 ਨਾਲ ਬਣਾ ਕੇ ਫਿਰ ਵਾਪਸ ਉੱਥੇ ਬਿਮਾਰੀ ਦੇ ਦੇਵੇ, ਜਾਂ ਜੀ ਦੂਜੇ ਪਾਸੇ ਵੀ ਹੋ ਸਕਦਾ ਕਿ ਮਰਦ ਇੱਕ ਪਾਸੇ ਹੀ ਹੋਵੇ ਤੇ ਔਰਤ ਕਈਆਂ ਨਾਲ ਸੰਬੰਧ ਬਣਾਉਣ ਤੋਂ ਬਾਅਦ ਫਿਰ ਉਸ ਤਰ੍ਹਾਂ ਆਏ। ਸੋ ਇਹੀ ਕਾਰਨ ਇੱਕ ਕੈਜੂਅਲ ਕੰਟੈਕਟ ਜੋ ਇਸ ਉਮਰ ਵਿੱਚ ਦੇਖਿਆ ਜਾ ਰਿਹਾ, ਜੋ ਸਭ ਤੋਂ ਅਹਿਮ ਕਾਰਨ ਬਣਦਾ ਜਾਂਦਾ ਜੇ ਛੋਟੀ ਉਮਰੇ ਮੌਤ ਦਾ। ਜੀ ਸੋ ਇਸੇ ਲਈ ਹਰ ਸਾਲ 21 ਤੋਂ 29 ਸਾਲ ਦੀ ਉਮਰ ਵਿੱਚ ਪੈਪ ਸਮੀਅਰ ਜ਼ਰੂਰ ਕਰਾਉਣਾ ਜੇ, ਤੇ ਜੀ 30 ਵਰਿਆਂ ਤੋਂ ਬਾਅਦ ਹਰ 5 ਸਾਲ ਲਾਜ਼ਮੀ ਜੇ, ਕਿਉਂਕਿ ਇਹ ਕੈਂਸਰ ਹੋਣ ਤੋਂ ਬਾਅਦ ਸਮਝ ਲਓ ਕਿ 5 ਸਾਲ ਦੀ ਜ਼ਿੰਦਗੀ ਵੀ ਸਿਰਫ 46% ਨੂੰ ਨਸੀਬ ਹੁੰਦੀ ਜੇ, ਉਸ ਤੋਂ ਬਾਅਦ ਤਾਂ ਯਾਨੀ ਬਚਦਾ ਹੀ ਕੋਈ ਨਹੀਂ, 5 ਸਾਲ ਵੀ ਪੂਰੇ ਨਹੀਂ ਕਰ ਸਕਦੀਆਂ ਔਰਤਾਂ। ਸੋ ਜੀ ਇੰਨਾ ਜ਼ਿਆਦਾ ਇਹ ਕੈਰੀ ਕੈਂਸਰ ਹੈ, ਇਸੇ ਕਰਕੇ ਮੈਂ ਵਾਰ ਵਾਰ ਜ਼ਿਕਰ ਕਰ ਰਹੀ ਹਾਂ ਕਿ ਪ੍ਰੀਵੈਂਸ਼ਨ ਤੋਂ ਬਗੈਰ ਕੋਈ ਹੋਰ ਸਾਡੇ ਕੋਲ ਤਰੀਕਾ ਹੈ ਹੀ ਨਹੀਂ, ਉਹਨੂੰ ਤੋਂ ਬਚਣਾ ਜ਼ਰੂਰੀ ਜੇ। ਪੈਪਸਮੀਅਰ ਜ਼ਰੂਰ ਕਰਾਓ ਤੇ ਵੈਕਸੀਨ ਜ਼ਰੂਰ, ਮੈਂ 1 ਮਿੰਟ ਥੋੜਾ ਜਿਹਾ ਉਹਦੇ ਬਾਰੇ ਲਾਜ਼ਮੀ ਦੱਸਣਾ ਚਾਹਾਂਗੀ। ਜੀ ਡਾਕਟਰ ਸਾਹਿਬ ਦੇਖੋ ਜਿਹੜਾ ਟੀਕਾ ਜੇ, ਤੁਸੀਂ ਹੈਰਾਨ ਹੋਗੇ ਪਤਾ ਜੇ ਕਿੱਥੋਂ ਬਣਿਆ, ਬ੍ਰੈਡ ਬਣੀ ਤੁਸੀਂ ਘਰ ਦੇਖਦੇ ਹੋਵੋਗੇ, ਤੋ ਉਹਦੇ ਵਿੱਚ ਜੋ ਯੀਸਟ ਪੈਂਦੀ ਜੇ ਖਮੀਰ, ਇਹ ਜੀ ਟੀਕਾ ਉੱਥੋਂ ਹੀ ਬਣਿਆ ਜੇ। ਅੱਛਾ ਤੋ ਯਾਨੀ ਕੋਈ ਖਤਰਨਾਕ ਨਹੀਂ, ਇਹਦੇ ਕੋਈ ਸਾਈਡ ਇਫੈਕਟ ਵੀ ਹਾਲੇ ਤੱਕ ਟੱਚਵੁੱਡ ਨਹੀਂ ਦੇਖੇ ਗਏ। ਜੀ ਜਿਵੇਂ ਮੈਂ ਦੱਸਿਆ ਕਈ ਕਿਸਮਾਂ ਦੇ ਮਰਦਾਂ 'ਚ ਵੀ ਤੇ ਔਰਤਾਂ ਵਿੱਚ ਵੀ ਕੈਂਸਰਾਂ ਨੂੰ ਰੋਕਦਾ, ਤੇ ਜਿਵੇਂ ਮੈਂ ਦੱਸ ਵੀ ਚੁੱਕੀ ਹਾਂ ਕਿ ਇਹਦਾ 9 ਤੋਂ 45 ਸਾਲ ਦੀ ਹਰ ਔਰਤ, 9 ਸਾਲ ਦੀ ਉਮਰ ਤੋਂ ਲੈ ਕੇ 45 ਸਾਲ ਤੱਕ ਦੀ ਹਰ ਔਰਤ ਨੂੰ ਇਹ ਟੀਕਾ ਲੱਗਣਾ ਲਾਜ਼ਮੀ ਹੈ, ਜੀ ਤੇ 11 ਤੋਂ 12 ਸਾਲ ਦੀ ਉਮਰ ਦੇ ਵਿੱਚ ਹਰ ਮੁੰਡੇ ਤੇ ਕੁੜੀ ਨੂੰ ਵੀ ਇਹ ਲੱਗ ਜਾਣਾ ਚਾਹੀਦਾ। ਠੀਕ ਹੈ ਹੁਣ ਲੱਗਦੀ ਕੀ ਜੇ, 2 ਡੋਜ਼ਸ ਲੱਗਦੀਆਂ ਨੇ ਜਿਹੜੀਆਂ ਤੁਸੀਂ ਜੇ 11 ਤੋਂ 12 ਸਾਲ ਦੀ ਉਮਰ ਵਿੱਚ ਤੁਸੀਂ ਲਵਾ ਰਹੇ ਹੋ, ਜੀ ਜਾਂ ਕਹਿ ਲਓ ਕਿ 9 ਤੋਂ 14 ਸਾਲ ਦੇ ਵਿੱਚ ਜੇ ਲੱਗਦਾ ਜੇ, ਤਾਂ 2 ਡੋਜ਼ਸ ਲੱਗਦੀਆਂ ਨੇ, 1 ਲੱਗ ਕੇ ਫਿਰ 6 ਮਹੀਨੇ ਬਾਅਦ ਫਿਰ ਤੁਸੀਂ ਦੂਸਰੀ ਲਵਾ ਸਕਦੇ ਹੋ। ਜੀ ਤੇ ਜੇ ਤੁਹਾਡੀ ਉਮਰ 14 ਸਾਲ ਤੋਂ ਉੱਪਰ ਹੋ ਚੁੱਕੀ ਹੈ ਤਾਂ ਫਿਰ 3 ਡੋਜ਼ਸ ਲੱਗਦੀਆਂ ਨੇ, ਯਾਨੀ ਜੇ 45 ਵਰੇ ਤੱਕ ਦੇਵੇ ਹੋ ਤਾਂ 3 ਡੋਜ਼ਸ ਜ਼ਰੂਰੀ ਨੇ, ਜਿਸ ਵਿੱਚ 1 ਡੋਜ਼ ਲੱਗ ਕੇ ਫਿਰ ਮਹੀਨੇ ਬਾਅਦ ਫਿਰ 6 ਮਹੀਨੇ ਬਾਅਦ ਇਹ 3 ਡੋਜ਼ਸ ਲੱਗ ਜਾਣੀਆਂ ਚਾਹੀਦੀਆਂ। ਜੀ ਕਿਉਂਕਿ ਜੇ ਇਹ ਹੋ ਜਾਏ ਤਾਂ ਫਿਰ ਸਟੇਜਿੰਗ ਤੋਂ ਬਾਅਦ ਉਹਦੀ ਕਈ ਕਿਸਮ ਦੀ ਮੈਡੀਕਲ ਥੈਰੇਪੀ ਵੀ ਹੈ, ਸਰਜਰੀ ਵੀ ਹੈ, ਕੀਮੋਥੈਰੇਪੀ ਵੀ ਹੈ, ਜਿਸ 'ਚ ਤੁਸੀਂ ਰੇਡੀਓ ਥੈਰੇਪੀ, ਅਲੱਗ ਅਲੱਗ ਤਰ੍ਹਾਂ ਦੀ ਕੀਮੋਥੈਰੇਪੀ ਵੀ ਦਵਾਈਆਂ, ਫਿਰ ਜੀ ਬੱਚੇਦਾਨੀ ਕੱਢ ਦੇਣੀ, ਉਹਦੇ ਆਸ ਪਾਸ ਕਿੰਨੇ ਲਿੰਫ ਨੋਡ ਇਨਵੋਲਵ ਹੋਏ ਨੇ, ਸਾਰਾ ਕੁਛ। ਹਾਂਜੀ ਤੋ ਇਹ ਉਸ ਤਰੀਕੇ ਦੀ ਵੱਖੋ ਵੱਖਰਾ ਇਲਾਜ ਜੇ, ਜਿਹੜਾ ਜਿੰਨੀ ਸਟੇਜ ਵੱਧ ਹੁੰਦੀ ਜਾਂਦੀ ਹੈ ਉਨਾ ਬਚਣ ਦੇ ਆਸਾਰ ਘੱਟ ਨੇ, ਤੇ ਭਾਰਤ ਵਿੱਚ ਮੌਤਾਂ ਇਸ ਕਾਰਨ ਜ਼ਿਆਦਾ ਨੇ ਕਿ ਸਾਡੀਆਂ ਬੇਟੀਆਂ ਜਾਂ ਸਾਡੀਆਂ ਭੈਣਾਂ
ਉਹ ਆਮ ਤੌਰ ਤੇ ਇਹੋ ਜਿਹੀ ਚੀਜ਼ ਵੀ ਦਰਦ ਹੁੰਦੀ ਹੈ, ਕੋਈ ਨਾ ਗੋਲੀ ਖਾਓ ਕੰਮ ਕਰੀ ਜਾਓ, ਅਵੇਅਰਨੈਸ ਨਹੀਂ ਹੈ। ਅਵੇਅਰਨੈਸ ਨਾ ਹੋਣ ਕਾਰਨ ਤੇ ਆਪਣੇ ਪ੍ਰਤੀ ਕੋਈ ਨਾ ਮੈਂ ਕੰਮ ਚ ਰੁੱਝੀ ਆ, ਮੈਂ ਇਹ ਵੀ ਕੰਮ ਮੁਕਾ ਲਵਾਂ, ਤੇ ਉਹ ਅੰਦਰ ਕੈਂਸਰ ਫੈਲਦਾ ਰਹਿੰਦਾ ਜੇ। ਸੋ ਆਈ ਲੱਛਣ ਮੈਂ ਪਹਿਲਾਂ ਦੱਸੇ ਕਿ ਜੇ ਕਿਸੇ ਵੀ ਪਾਸਿਓਂ ਲੱਗਦੇ ਹੋਣ ਇਹੋ ਜਿਹੇ ਲੱਛਣ ਜੋ ਮੈਂ ਦੱਸ ਚੁੱਕੀ ਆ, ਵੀ ਤੁਹਾਡੇ ਬਦਬੂਦਾਰ ਪਾਣੀ ਹੋਏ ਜਾਂ ਬਲੀਡਿੰਗ ਜ਼ਿਆਦਾ ਕਿਸੇ ਵੀ ਵੇਲੇ ਹੋ ਰਹੀ ਹੈ, ਤਾਂ ਪਲੀਜ਼ ਇਹਨੂੰ ਅਣਗੌਲਿਆ ਨਾ ਕਰੋ। ਜੀ ਅਰਜੈਂਟ ਘੱਟੋ ਘੱਟ ਤੁਸੀਂ ਅਲਟਰਾਸਾਊਂਡ ਕਰਵਾਉਣਾ, ਜਾਂ ਦੇਖੋ ਹਰਸ਼ਨ ਸਾਡਾ, ਮੇਰਾ ਤਾਂ ਪੇਸ਼ਾ ਹੀ ਪਿਛਲੇ ਹੁਣ 35 ਸਾਲ ਹੋ ਗਏ ਇਹੋ ਕੁਛ ਦੇਖਦਿਆਂ। ਜੀ ਬਹੁ ਗਿਣਤੀ ਔਰਤਾਂ ਨੂੰ ਉਹ ਆਪਣੀ ਜਦੋਂ ਬੱਚਿਆਂ ਨੂੰ ਵੀ ਦਿਖਾਉਣ ਆਉਂਦੀਆਂ ਨੇ ਆਪਣੀ ਗੱਲ ਤਾਂ ਕਰਦੀਆਂ ਨੇ, ਤੇ ਜਦੋਂ ਕਹੀਦਾ ਕਿ ਆਹ ਟੈਸਟ ਕਰਵਾ ਲਵੋ ਜੀ ਤੁਹਾਡਾ, ਛੇਤੀ ਜੇ ਕੋਈ ਇਹੋ ਜਿਹਾ ਲੱਛਣ ਹੈ ਅਰਲੀ ਸਟੇਜ ਤੇ ਤੁਸੀਂ ਠੀਕ ਹੋ ਸਕਦੇ ਹੋ ਪੂਰੀ ਤਰ੍ਹਾਂ, ਜੀ ਤਾਂ ਬਹੁਤੀ ਵਾਰ ਇਹੀ ਗੱਲ ਸੁਣਨ ਨੂੰ ਮਿਲੀ ਹੈ ਕਿ ਨਹੀਂ ਜੀ ਫੇਰ ਦੇਖਦੇ ਹਾਂ, ਪਹਿਲਾਂ ਹਜੇ ਹੋਰ ਕੰਮਾਂ ਚ ਰੁੱਝਿਆ, ਫਲਾਣਾ ਵਿਆਹ ਹੈ, ਫਲਾਣੇ ਕੰਮ ਨੇ, ਘਰ ਦਾ ਦੇਖਣਾ। ਜੀ ਲੋਕ ਟੈਸਟਿੰਗ ਤੋਂ ਇਸ ਕਰਕੇ ਵੀ ਡਾਕਟਰ ਸਾਹਿਬ ਡਰਦੇ ਨੇ, ਮੈਂ ਬੜੇ ਸੁਣੇ ਨੇ ਕਿ ਜੇ ਟੈਸਟ ਕਰਵਾ ਲਿਆ ਕੋਈ ਬਿਮਾਰੀ ਨਿਕਲੇ ਹੀ ਐਵੇਂ ਟੈਨਸ਼ਨ 'ਚ ਰਵਾਂਗੇ। ਬਿਲਕੁਲ ਬਿਲਕੁਲ ਹਰਸ਼ਰਨ ਜੀ, 100% ਸਹੀ ਗੱਲ ਜੇ, ਜੀ ਸ਼ਾਇਦ ਲੋਕਾਂ ਨੂੰ ਹਾਸੇ ਚ ਜਾਪਦੀ ਹੋਵੇ, ਪਰ 100% ਇਹੋ ਗੱਲ ਹੈ ਕਿ ਇਹ ਡਰ ਸਾਡੇ ਮਨ ਵਿੱਚ ਬੈਠ ਜਾਂਦਾ ਹੈ ਜੇ ਬਿਮਾਰੀ ਲੱਭ ਲਈ। ਉਹ ਪੁੱਠਾ ਕੰਮ ਹੋਣਾ ਚਾਹੀਦਾ, ਬਲਕਿ ਇਹਦਾ ਸਾਲਾਨਾ ਚੈੱਕਅਪ ਹੋਣਾ ਲਾਜ਼ਮੀ ਜੇ, ਕਿ ਤੁਸੀਂ ਹਰ ਸਾਲ ਆਪਣਾ ਬਲੱਡ ਪ੍ਰੈਸ਼ਰ, ਆਪਣਾ ਸ਼ੂਗਰ ਦਾ ਟੈਸਟ, ਆਪਣੇ ਦਿਲ ਦੇ ਟੈਸਟ ਸਾਰੇ ਕਰਾਓ। ਦਾ ਮਤਲਬ ਇਹੋ ਹੁੰਦਾ ਜੇ ਕਿ ਜੇ ਅਰਲੀ ਸਟੇਜ ਤੇ ਤੁਸੀਂ ਭਾਂਪ ਲਿਆ ਤੇ ਜੀ ਤੁਸੀਂ ਪ੍ਰੀ ਡਾਇਬਿਟਿਕ ਹੋ ਰਹੇ ਹੋ ਜਾਂ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਦਿਸ ਰਿਹਾ, ਤਾਂ ਸ਼ਰਨ ਜੀ 90% ਤਾਂ ਕਾਰਨ ਅਸੀਂ ਸਿਰਫ ਖੁਰਾਕ, ਕਸਰਤ, ਆਪਣਾ ਲਾਈਫ ਸਟਾਈਲ ਚੇਂਜ ਨਾਲ ਹੀ ਠੀਕ ਕਰ ਸਕਦੇ ਹਾਂ, ਹਾਂਜੀ ਬਿਲਕੁਲ ਆਪਣੀ ਇਮਿਊਨਿਟੀ ਵਧਾਉਣ ਨਾਲ। ਬਿਲਕੁਲ ਇੰਜ ਦੀ ਕੈਂਸਰ ਅਰਲੀ ਸਟੇਜ ਤੁਸੀਂ ਪੂਰੀ ਤਰ੍ਹਾਂ ਬਚ ਸਕੋਗੇ ਜੇ ਹਾਂਜੀ ਉਹਨੂੰ ਤੁਸੀਂ ਸਿਰਫ ਇਸ ਕਾਰਨ ਵੀ ਲੱਭ ਨਾ ਜਾਵੇ, ਇਲਾਜ ਨਾ ਕਰਨਾ ਪਵੇ ਤੇ ਆਖਰੀ ਸਟੇਜ ਤੇ ਪਹੁੰਚੀ। ਉਹੀ ਕਾਰਨ ਹੈ ਕਿ ਸਾਡੀਆਂ 53% ਔਰਤਾਂ ਮਰੀ ਜਾ ਰਹੀਆਂ ਨੇ। ਸੋ ਇਹੀ ਕਾਰਨ ਇਹਦਾ ਬਣਦਾ ਜਾਂਦਾ ਜੇ ਕਿ ਅਸੀਂ ਸਿਰਫ ਉਸ ਤੋਂ ਭੱਜਦੇ ਹਾਂ, ਭੱਜਦੇ ਹਾਂ ਬਿਲਕੁਲ ਭੱਜ ਕੇ ਅਸੀਂ ਬਚ ਨਹੀਂ ਸਕਦੇ, ਬਿਮਾਰੀ ਤਾਂ ਪਈ ਹੈ, ਸਿਰਫ ਲੱਭ ਕੇ ਛੇਤੀ ਇਲਾਜ ਕਰਨ ਨਾਲ ਉਹ ਅਸੀਂ ਆਪਣੀ ਲੰਬੀ ਉਮਰ ਭੋਗ ਸਕਦੇ ਹਾਂ। ਸੋ ਇਹੀ ਕਾਰਨ ਜੇ ਕਿ ਕੈਂਸਰ ਤਾਂ ਹੈ, ਯਾਨੀ ਬਿੱਲੀ ਤਾਂ ਬੈਠੀ ਹੈ, ਅਸੀਂ ਅੱਖਾਂ ਬੰਦ ਕਰ ਲਵਾਂਗੇ, ਕਬੂਤਰ ਨੇ ਬਚਣਾ ਨਹੀਂ। ਹਾਂਜੀ ਸੋ ਬਿਹਤਰ ਇਹ ਹੈ ਕਿ ਅਸੀਂ ਆਪਣੇ ਬੇਟੇ ਨੂੰ ਵੀ ਸੁਰੱਖਿਅਤ ਕਰੀਏ, ਕਿਉਂਕਿ ਗਲੇ ਦੇ ਥਰੋਟ ਕੈਂਸਰਜ਼ ਜਿਵੇਂ ਓਰਲ ਸੈਕਸ ਦੇ ਨਾਲ ਜੋ ਇਸ ਵੇਲੇ ਅਸੀਂ ਦੇਖ ਰਹੇ ਹਾਂ ਬਹੁਤ ਵਧਣ ਲੱਗ ਗਏ ਨੇ, ਮਰਦਾਂ ਵਿੱਚ ਬਹੁਤ ਜ਼ਿਆਦਾ ਦਿਸਣ ਲੱਗ ਗਏ ਨੇ। ਸੋ ਜੀ ਇਹੀ ਕਾਰਨ ਜੇ ਕਿ ਇਹ ਬੈਟਰ ਹੈ ਕਿ ਆਪਾਂ ਇਹਨੂੰ ਵੈਕਸੀਨ ਲਵਾ ਲਈਏ, ਤੇ ਪਰ ਨਾਲੋ ਨਾਲ ਜ਼ਰੂਰੀ ਇਹ ਵੀ ਹੈ ਕਿ ਸਾਫ਼ ਸਫਾਈ ਰੱਖਣਾ, ਕੌਂਡਮ ਦੀ ਵਰਤੋਂ, ਇਹ ਚੀਜ਼ਾਂ ਵੀ ਬਹੁਤ ਅਹਿਮ ਨੇ। ਤੇ ਸਭ ਤੋਂ ਅਹਿਮ ਜੋ ਸ਼ਾਇਦ ਬਹੁਤ ਜਣਿਆਂ ਨੂੰ ਚੁੱਭੇਗਾ ਕਿ ਹਮੇਸ਼ਾ ਜੇ ਆਪਾਂ ਆਪਣੇ ਸਾਥੀ ਪ੍ਰਤੀ ਸਮਰਪਿਤ ਰਹੀਏ, ਕੈਜੂਅਲ ਸੈਕਸ ਤੋਂ ਬਚੀਏ, ਤਾਂ ਬੜੀ ਵਾਹਿਗੁਰੂ ਦੀ ਮਿਹਰ ਹੋ ਸਕਦੀ ਹੈ, ਇਹੋ ਜਿਹੇ ਰੋਗਾਂ ਤੋਂ ਅਸੀਂ ਬਚ ਸਕਦੇ ਹਾਂ। ਜੀ ਜੋ ਡਾਕਟਰ ਸਾਹਿਬ ਬੜੀ ਬੇਸ਼ਕੀਮਤੀ ਸਲਾਹ ਹੈ, ਜਿਸ ਨੂੰ ਪਸੰਦ ਹੋਏ ਰੱਖ ਲਓ, ਨਹੀਂ ਉਡਾ ਲਓ, ਪਰ ਆਪਣਾ ਖਿਆਲ ਜ਼ਰੂਰ ਰੱਖੋ। ਜੀ ਜੀ ਡਾਕਟਰ ਸਾਹਿਬ ਬਿਲਕੁਲ। ਸੋ ਇਹ ਬਹੁਤ ਹੀ ਅਹਿਮ ਜਾਣਕਾਰੀ ਜਿਹੜੀ ਮਿਲੀ ਹੈ ਕਿ ਸਰਵਾਈਕਲ ਕੈਂਸਰ ਦਾ ਕਾਰਨ ਵੀ ਇੱਕੋ ਇੱਕ ਹੈ ਤੇ ਉਹ ਤੋਂ ਕਿਵੇਂ ਬਚਣਾ ਹੈ। ਡਾਕਟਰ ਸਾਹਿਬ ਨੇ ਸਾਨੂੰ ਮੇਨ ਮੇਨ ਗੱਲਾਂ ਦੱਸ ਦਿੱਤੀਆਂ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਆਪਾਂ ਇਸ ਮੁੱਦੇ ਤੇ ਹੋਰ ਖੁੱਲ੍ਹ ਕੇ ਗੱਲਬਾਤ ਕਰਾਂਗੇ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ। ਅਗਲੇ ਹਫ਼ਤੇ ਫੇਰ ਮਿਲਦੇ ਹਾਂ ਤੁਹਾਨੂੰ ਤੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ। ਲਾਸਟ ਇੱਕ ਆਖਰੀ ਸਿਰਫ ਮੈਂ ਜ਼ਰੂਰ ਨੁਕਤਾ ਦੱਸ ਦਿਆਂ ਹਾਂਜੀ ਕਿ ਵੈਕਸੀਨ ਕਦੇ ਵੀ
ਪ੍ਰੈਗਨੈਂਟ ਔਰਤਾਂ ਨੂੰ ਨਹੀਂ ਲਵਾਉਣਾ ਚਾਹੀਦਾ, ਕਿਉਂਕਿ ਠੀਕ ਤੁਹਾਡਾ ਪ੍ਰੋਗਰਾਮ ਬਹੁਤ ਦੇਖਿਆ ਜਾਂਦਾ ਹੈ, ਲੋਕ ਸੁਣਦੇ ਨੇ, ਮੈਨੂੰ ਸਿਰਫ ਇਹ ਡਰ ਸੀ ਕਿਤੇ ਉਹ ਔਰਤਾਂ ਨਾ ਤੁਰ ਪੈਣ, ਜੀ ਉਹਨਾਂ ਨੂੰ ਬਿਲਕੁਲ ਵੀ ਨਹੀਂ ਲਵਾਉਣਾ ਚਾਹੀਦਾ। ਬਾਕੀ ਆਪਾਂ ਸਾਰਾ ਕੁਝ ਪਹਿਲਾਂ ਹੀ ਦੱਸ ਚੁੱਕੇ ਹਾਂ, ਸੋ ਇੱਕ ਵਾਰ ਫਿਰ ਬਹੁਤ ਧੰਨਵਾਦ ਸਾਰਿਆਂ ਦਾ। ਪਰ ਇਸ ਬਿਮਾਰੀ ਤੋਂ ਬਚਣ ਲਈ ਆਪਾਂ ਇੱਕੋ ਇੱਕ ਆਪਣਾ ਨੁਕਤਾ ਜ਼ਰੂਰ ਕਰ ਸਕਦੇ ਹਾਂ, ਘੱਟੋ ਘੱਟ ਆਪਣਿਆਂ ਨਾਲ ਹੀ ਸਾਂਝਾ ਕਰ ਲਓ, ਆਪਣੇ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ ਇਸ ਤਰੀਕੇ ਦੀ ਜਾਣਕਾਰੀ ਦੇਣ ਨਾਲ, ਜੇ ਇੱਕ ਸਿਰਫ ਇੱਕ ਜ਼ਿੰਦਗੀ ਵੀ ਅਸੀਂ ਬਚਾ ਸਕਦੇ ਹੋਈ, ਅਸੀਂ ਸਮਝਾਂਗੇ ਕਿ ਸਾਡਾ ਇਹ ਪ੍ਰੋਗਰਾਮ ਕਰਨਾ ਸਫਲ ਹੋ ਗਿਆ। ਜੀ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।